ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਅਦਾਕਾਰ ਮਹਿੰਦੀ ਠੱਕਰ ਦੀ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਮਹਿੰਦੀ ਠੱਕਰ ਦੀ ਹੀ ਅਸ਼ਲੀਲ ਵੀਡੀਓ ਹੈ। ਪਰ ਇਹ ਸਭ ਤੋਂ ਬਾਅਦ ਬੀਤੇ ਦਿਨ ਮਹਿੰਦੀ ਠੱਕਰ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਗਈ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਵੀਡੀਓ ਬਿਲਕੁਲ ਫੇਕ ਹੈ ਅਤੇ ਕਿਸੇ ਨੇ ਐਡਿਟ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਹਨਾਂ ਦੀ ਇਹ ਪੋਸਟ ਸ਼ੇਅਰ ਕਰਦਿਆਂ ਕਈ ਸਿੰਗਰਾਂ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਗਈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਪਾ ਮਹਿੰਦੀ ਠੱਕਰ ਦੀ ਖੁੱਲ੍ਹ ਕੇ ਸਪੋਰਟ ਕੀਤੀ ਗਈ ਅਤੇ ਲਿਖਿਆ, ਮਹਿੰਦੀ ਠੱਕਰ ਬਹੁਤ ਅੱਛੀ ਆਰਟਿਸਟ ਹੈ। ਪਿਛਲੇ ਦਿਨੀ ਕਿਸੇ ਨੇ ਫੇਕ ਵੀਡੀਓ ਬਣਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਡੇ ਨਾਲ ਏਕਮ ਫਿਲਮ 'ਚ ਕੰਮ ਕੀਤਾ, ਬੜੀ ਫਕੀਰ ਬਿਰਤੀ ਦੀ ਕਲਾਕਾਰ ਹੈ, ਆਓ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛਾ ਸਮਾਜ ਦੀ ਸਿਰਜਣਾ ਕਰੀਏ, ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀਏ ਅਤੇ ਬਹੁਤ ਵਕਤ ਕਿਤਾਬਾਂ ਪੜ੍ਹਨ 'ਚ ਗੁਜ਼ਾਰੀਏ, ਆਓ ਹੱਕ ਸੱਚ ਦੀ ਗੱਲ ਕਰੀਏ, ਬੇਈਮਾਨ। ਇਸ ਪੋਸਟ ਵਿੱਚ ਬੱਬੂ ਮਾਨ ਵੱਲੋਂ ਮਹਿੰਦੀ ਠੱਕਰ ਨੂੰ ਟੈਗ ਵੀ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਇਸ ਪੋਸਟ ਨੂੰ ਮਹਿੰਦੀ ਠੱਕਰ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਉਹਨਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, ਥੈਂਕ ਯੂ ਸੋ ਮੱਚ, ਅਤੇ ਮਹਿੰਦੀ ਵੱਲੋਂ ਬੱਬੂ ਮਾਨ ਨੂੰ ਟੈਗ ਵੀ ਕੀਤਾ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਵਿੱਚ ਕਿਹਾ ਇਹ ਜਾ ਰਿਹਾ ਹੈ ਕਿ ਇਹ ਕਿਸੇ ਹੋਰ ਪਰਨ ਦੀ ਵੀਡੀਓ ਨਾਲ ਛੇੜਛਾੜ ਕਰ ਇਸ ਵੀਡੀਓ ਉੱਪਰ ਮਹਿੰਦੀ ਦਾ ਚਿਹਰਾ ਲਾ ਉਸ ਵੀਡੀਓ ਨੂੰ ਬਣਾਇਆ ਸੀ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਹ ਵੀਡੀਓ। ਇਹ ਦੇਖੋ ਮਹਿੰਦੀ ਠੱਕਰ ਦੀ ਵਾਇਰਲ ਵੀਡੀਓ ਦਾ ਸੱਚ। ਇਸ ਟੈਕਨੋਲੋਜੀ ਨੂੰ ਡੀਪ ਫੇਕ ਟੈਕਨੋਲੋਜੀ ਕਿਹਾ ਜਾਂਦਾ, ਜਿੱਥੇ ਕਿਸੇ ਦਾ ਫੇਸ ਸਵਿਚ ਕੀਤਾ ਜਾ ਸਕਦਾ ਆ। ਓਰੀਜਨਲ ਪੋਰਨ ਸਟਾਰ ਦਾ ਨਾਮ ਹੈਗਾ ਟੀਚਰ ਆਫ ਮੈਜਿਕ, ਜਿਹਦੇ ਤੇ ਮਹਿੰਦੀ ਠੱਕਰ ਦਾ ਫੇਸ ਲਾ ਕੇ ਉਹਨੂੰ ਵਾਇਰਲ ਕੀਤਾ ਗਿਆ। ਤੁਸੀਂ ਟੀਚਰ ਆਫ ਮੈਜਿਕ ਪੋਰਨ ਹੱਬ ਤੇ ਸਰਚ ਕਰ ਲਓ, ਤੁਹਾਨੂੰ ਮਿਲ ਜਾਣਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਮਾਮਲੇ ਬਾਰੇ ਤੁਹਾਡਾ ਕੀ ਵਿਚਾਰ ਹੈ, ਆਪਣੇ ਵਿਚਾਰ ਕਮੈਂਟ ਕਰ ਜ਼ਰੂਰ ਦੱਸਣਾ। ਅਤੇ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।